ਸਾਨੂੰ ਨਹੀਂ ਪਤਾ ਵੀ ਫਰੂਟੀਆਂ ਦਾ ਅਰਥ ਕੀ ਕੱਢਦੇ ਹੋ ਤੁਸੀਂ ਤੇ ਤੁਹਾਡੀਆਂ ਚੀਕਾਂ ਕਿਉਂ ਨਿਕਲਦੀਆਂ ਨੇ ਆ ਜਿੰਨੇ ਸੁਰੂਪ ਸਿੰਘ ਦੇ ਚੇਲੇ ਚਾਟਦੇ ਨੇ ਬੈਠੇ ਆ ਆਲੇ ਦੁਆਲੇ ਸੁਣੋ ਜੇ ਗੰਦੀ ਔਲਾਦ ਜਿੰਨੇ ਜੰਮੀ ਅਸੀਂ ਪਿਓ ਨੂੰ ਪੁੱਛਾਂਗੇ ਵੀ ਲੱਖ ਲਾਂਤ ਇਹੋ ਜਿਹੇ ਪਿਓਾਂ ਦੇ ਜਿਨ੍ਹਾਂ ਨੇ ਆ ਜੰਮੇ ਨੇ ਤੁਹਾਨੂੰ ਆ ਨਿੱਕੇ ਨਿੱਕੇ ਨਿਆਣੇ ਨਹੀਂ ਦਿਸਦੇ ਫਰੂਟੀਆਂ ਫੜ ਕੇ ਫੋਟੋਆਂ ਖਿਚਾਉਂਦੇ ਹੋ ਕਿਉਂ ਨਹੀਂ ਰੌਲਾ ਪਾਉਂਦੇ ਵੀ ਸਾਡੀਆਂ ਸੌ ਸੌ ਲੜੀਆਂ ਦੇ ਪਾਠਾਂ ਦਾ ਮਸਲਾ ਢੱਡੀਆਂ ਵਾਲੇ ਦਾ ਸੱਚ ਸਾਨੂੰ ਚੁੱਭਦਾ ਕਿਹੜੇ ਤੁਸੀਂ ਧਰਮ ਕਰਮ ਕਰਦੇ ਹੋ ਵਾਹਿਗੁਰੂ ਜਪਦੇ ਹੋ ਨਾਮ ਪਾ ਕੇ ਚੋਲੇ ਆਹ ਕਰਦੇ ਹੋ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਧਰਮ ਦੇ ਵਿੱਚ ਟਕਸਾਲ ਅਤੇ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦਾ ਮਸਲਾ ਭਖਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਜਿਹੜਾ ਤਾਜ਼ਾ ਮਾਮਲਾ ਜੋ ਤੁਹਾਡੇ ਸਾਹਮਣੇ ਵਿਵਾਦਾਂ ਵਿੱਚ ਆਇਆ ਹੈ ਉਹ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਦੇ ਸਪੁੱਤਰ ਭਾਈ ਹਰਪ੍ਰੀਤ ਸਿੰਘ ਜੀ ਨਾਲ ਅਤੇ ਉਹਨਾਂ ਵੱਲੋਂ ਜਿਹੜੀ ਭਾਈ ਸਾਹਿਬ ਇਹ ਫਰੂਟੀ ਦਾ ਮਸਲਾ ਭਾਈ ਸਿੰਘ ਭਾਈ ਸਾਹਿਬ ਢੱਡੀਆਂ ਵਾਲਿਆਂ ਨੇ ਆਪਣੀ ਵੀਡੀਓ ਵਿੱਚ ਇੱਕ ਗੰਦੀ ਸ਼ਬਦਾਵਲੀ ਤੁਸੀਂ ਕਹਿ ਰਹੇ ਬੋਲੀ ਹੈ ਅਤੇ ਇਹ ਤੁਸੀਂ ਜਾਣ ਬੁੱਝ ਕੇ ਜਿਹੜੀ ਫਰੂਟੀਆਂ ਵਾਲਾ ਦਿਵਸ ਮਨਾਇਆ ਜਾਂ ਕੋਈ ਤੁਹਾਡਾ ਕੋਈ ਨਿੱਜੀ ਕੋਈ ਜਨਮ ਦਿਨ ਜਾਂ ਤੁਸੀਂ ਕਹਿ ਰਹੇ ਉਹਦੇ ਵਿੱਚ ਇੱਦਾਂ ਹੈ ਜੀ ਮੈਂ ਫਰੂਟੀ ਦੇ ਨਾਲ ਇੱਕ ਪਿਕਚਰ ਪੋਸਟ ਕੀਤੀ ਸੀ ਜਿਹਦਾ ਇਹ ਇਸ ਢੱਡਰੀ ਦੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਮੈਂ ਉਸ ਪਿਕਚਰ ਦੇ ਉੱਤੇ ਕੋਈ ਢੱਡਰੀ ਦਾ ਨਾਂ ਨਹੀਂ ਲਿਖਿਆ ਕੋਈ ਇਹਦੀ ਸੰਸਥਾ ਦਾ ਨਾਂ ਨਹੀਂ ਲਿਖਿਆ ਜਾਂ ਕੋਈ ਵੀ ਇੱਦਾਂ ਦੀ ਰੈਫਰੈਂਸ ਨਹੀਂ ਲਿਖੀ ਜਿਵੇਂ ਕਹਿ ਦਿੰਦਾ ਕਿ ਉੱਤੇ ਲਿਖਤਾ ਜੀ ਹੈਪੀ ਫਰੂਟੀ ਡੇ ਮੈਂ ਇੱਦਾਂ ਦਾ ਕੁਛ ਨਹੀਂ ਲਿਖਿਆ ਅਤੇ ਜੇ ਹੁਣ ਧੱਕੇ ਨਾਲ ਆਪਣੇ ਨਾਲ ਜੋੜੀ ਜਾਏ ਜੀ ਮੇਰੇ ਵੱਲੋਂ ਮੈਂ ਤਾਂ ਜੋੜੀ ਨਹੀਂ ਅਤੇ ਜੇ ਫਿਰ ਧੱਕੇ ਨਾਲ ਜੋੜੀ ਜਾਏ ਤਾਂ ਮੈਂ ਉਹਦੇ ਵਿੱਚ ਕੁਛ ਨਹੀਂ ਕਰ ਸਕਦਾ ਜੀ ਅਤੇ ਤੁਹਾਨੂੰ ਲੱਗਦਾ ਜਿਸ ਤਰੀਕੇ ਨਾਲ ਸੰਤ ਬਾਬਾ ਸਰੂਪ ਸਿੰਘ ਜੀ ਵੀ ਤੁਸੀਂ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਹੋ ਕਿੰਨਾ ਵਾਦਾਂ ਵਿਵਾਦਾਂ 'ਚ ਨਹੀਂ ਪੈਣਾ ਚਾਹੀਦਾ ਵਾਦਾਂ ਵਿਵਾਦਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਸਾਨੂੰ ਇਹ ਦੇਖਣਾ ਚਾਹੀਦਾ ਹੁਣ ਜੇ ਕੋਈ ਸਾਡੇ 'ਤੇ ਉਂਗਲ ਚੁੱਕੇਗਾ ਜਵਾਬ ਤਾਂ ਉਹਨੂੰ ਦੇਵਾਂਗੇ ਨਾ ਜੀ ਹੁਣ ਜੇ ਕੋਈ ਸਾਨੂੰ ਕਹੇਗਾ ਕਿ ਤੂੰ ਇੱਦਾਂ ਦੀ ਗੰਦੀ ਔਲਾਦ ਹੈ ਫਿਰ ਮੈਂ ਉਹਨੂੰ ਦੱਸਾਂਗਾ ਨਾ ਕਿ ਗੰਦੀ ਔਲਾਦ ਕੌਣ ਹੈ ਇਸ ਕਰਕੇ ਅਸੀਂ ਜੇ ਵਾਦਾਂ ਵਿਵਾਦਾਂ ਦੀ ਗੱਲ ਕਰੋ ਬਾਬਾ ਸਰੂਪ ਸਿੰਘ ਜੀ ਨੇ ਦਾਸ ਦੇ ਪਿਤਾ ਜੀ ਨੇ ਪਿਛਲੇ 30 ਸਾਲਾਂ ਤੋਂ ਕੀਰਤਨ ਕੀਤਾ ਕਿ ਤੁਸੀਂ ਕਦੀ ਸੁਣਿਆ ਅਸੀਂ ਕਿਸੇ ਵਿਵਾਦ 'ਚ ਪਏ ਅਸੀਂ ਕੋਈ ਇਹੋ ਜਿਹੀ ਸਟੇਟਮੈਂਟ ਦਿੱਤੀ ਹੋਏ ਜਿਹੜੀ ਵਿਵਾਦਤ ਹੋਵੇ ਜਿਹੜੀ ਸਿੱਖ ਇਤਿਹਾਸਕ ਸਥਾਨਾਂ 'ਤੇ ਕਿੰਤੂ ਕਰਦੀ ਹੋਏ ਪਰੰਪਰਾਵਾਂ 'ਤੇ ਕਿੰਤੂ ਕਰਦੀ ਹੋਏ ਸੰਪਰਦਾਵਾਂ 'ਤੇ ਕਿੰਤੂ ਕਰਦੀ ਹੋਏ ਇਹ ਤਾਂ ਇਹ ਕਰਦਾ ਸੋ ਆਪਾਂ ਤਾਂ ਵਾਦ ਵਿਵਾਦ 'ਚ ਪੈਂਦੇ ਹੀ ਨਹੀਂ ਜੀ ਜਿਹੜੀ ਇਹਨਾਂ ਵੱਲੋਂ ਸ਼ਬਦਾਵਲੀ ਬੋਲੀ ਹੈ ਉਹ 'ਤੇ ਤੁਸੀਂ ਕਿਆ ਕਾਰਵਾਈ ਕਰ ਰਹੇ ਉਹ ਅਸੀਂ ਅਜੇ ਹਾਲ ਦੀ ਘੜੀ ਤਾਂ ਜੀ ਜਿਹੜੀ ਸਭ ਤੋਂ ਜਿਹੜੀ ਇਹਨੂੰ ਟਰੀਟਮੈਂਟ ਦੀ ਲੋੜ ਹੈ ਨਾ ਉਹ ਇਹ ਹੈ ਕਿ ਜਿੱਦਾਂ ਦਾ ਇਹ ਬੋਲਦਾ ਉੱਦਾਂ ਦਾ ਇਹਨੂੰ ਜਵਾਬ ਦਿਉ ਇਹ ਬੋਲੀ ਉੱਦਾਂ ਦੀ ਸਮਝਦਾ ਇਹਦੀ ਵਿਚਾਰੇ ਦੀ ਗਲਤੀ ਨਹੀਂ ਹੈ ਇਹਨੂੰ ਕਿਸੇ ਨੇ ਨਾ ਉਸ ਪੱਧਰ 'ਤੇ ਉੱਤਰ ਕੇ ਜਵਾਬ ਨਹੀਂ ਦਿੱਤਾ ਸਾਡੀ ਮਜਬੂਰੀ ਬਣ ਗਈ ਹੈ ਹੁਣ ਸਾਨੂੰ ਪਹਿਲਾਂ ਤਾਂ ਅਸੀਂ ਜਵਾਬ ਇਹਨੂੰ ਦੇਵਾਂਗੇ ਉੱਦਾਂ ਹੀ ਜਿੱਦਾਂ ਇਹ ਸਮਝਦਾ ਜਿਹੜੀ ਬੋਲੀ ਸਮਝਦਾ ਅਤੇ ਜਿੱਥੋਂ ਤੱਕ ਹੋਰ ਕਾਨੂੰਨੀ ਕਾਰਵਾਈਆਂ ਦੀ ਹੈ ਅਤੇ ਉਹ ਆਪਾਂ ਅਜੇ ਵਿਚਾਰ ਕਰਦੇ ਪਏ ਹਾਂ ਅਤੇ ਉਹ ਜਿੱਦਾਂ ਸਾਡਾ ਟਰੱਸਟ ਫੈਸਲਾ ਲਏਗਾ ਅਤੇ ਉਹ ਵੀ ਆਪਾਂ ਸੋਚ ਰਹੇ ਇੱਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਦੀਵਾਨਾਂ ਵਿੱਚ ਦਾਅਵੇ ਕਰਦੇ ਨੇ ਕਿ ਜੇ ਕਿਸੇ ਵੀ ਵਿਦਵਾਨ ਨੂੰ ਜਾਂ ਕਿਸੇ ਵੀ ਸੰਤ ਮਹਾਂਪੁਰਸ਼ ਨੂੰ ਕਿ ਸੰਗਤ ਦੇ ਕਰਕੇ ਇਹ ਲੱਗਦਾ ਹੋਵੇ ਕਿ ਸੰਗਤ ਮੇਰੇ ਨਾਲ ਜ਼ਿਆਦਾ ਜੁੜਦੀ ਹੈ ਤਾਂ ਕਿ ਕੋਈ ਵੀ ਮੇਰੇ ਬਰਾਬਰ ਦੀਵਾਨ ਲਗਾ ਕੇ ਬਹਿ ਜੇ ਤਾਂ ਉਹ ਸੰਗਤ ਤੁਸੀਂ ਕਿਆ ਕਹਿਣਾ ਸੰਗਤ ਤਾਂ ਇੱਦਾਂ ਦੀ ਗੱਲ ਹੈ ਜੀ ਹੁਣ ਸੰਗਤ ਵਿਰੋਧ ਵੀ ਤਾਂ ਸੰਗਤ ਕਰਦੀ ਪਈ ਹੈ ਕਿ ਉਹ ਸੰਗਤ ਨਹੀਂ ਬਾਹਰਲੀਆਂ ਕੰਟਰੀਆਂ ਵਿੱਚ ਅਮੈਰੀਕਾ ਦੇ ਵਿੱਚ ਇਹਦਾ ਵਿਰੋਧ ਹੋ ਰਿਹਾ ਯੂਕੇ ਦੇ ਵਿੱਚ ਇਹਦੇ ਇਹਦਾ ਚੇਲਾ ਸੀ ਹਰਿੰਦਰ ਉਹਦਾ ਡੇਰਾ ਬੰਦ ਕਰਾ ਤਾ ਉਹ ਸੰਗਤ ਨਹੀਂ ਫਰਾਂਸ ਦੇ ਵਿੱਚ ਇਟਲੀ ਦੇ ਵਿੱਚ ਅੱਜ ਮਤੇ ਪੈ ਚੁੱਕੇ ਨੇ ਕਿ ਅਸੀਂ ਢੱਡਰੀ ਨੂੰ ਆਪਣੇ ਦੇਸ਼ ਤੱਕ ਨਹੀਂ ਵੜਨ ਦੇਣਾ ਉਹ ਸੰਗਤ ਨਹੀਂ ਸੰਗਤ ਦੀ ਜੇ ਰਾਏ ਦੀ ਗੱਲ ਕਰਦਾ ਸੰਗਤ ਦੀ ਤਾਂ ਦੋਵੇਂ ਪਾਸੇ ਰਾਏ ਹੋ ਸਕਦਾ ਇਹਦੇ ਨਾਲ ਫੈਨ ਫੋਲੋਇੰਗ ਵੱਧ ਹੋਏ ਪਰ ਉਹ ਫੈਨ ਫੋਲੋਇੰਗ ਵੀ ਤਾਂ ਆਪਾਂ ਹੀ ਜੋੜੀ ਹੈ ਬਾਬਿਆਂ ਦੇ ਸਮਾਗਮਾਂ ਤੋਂ ਹੀ ਸੰਗਤ ਜੁੜੀ ਆ ਬਾਬਾ ਕਰਮ ਸਿੰਘ ਦੀ ਬਰਸੀ ਮਨਾਉਂਦਾ ਸੀ ਰਾੜਾ ਸਾਹਿਬ ਦੀ ਸੰਗਤ ਜੁੜ ਗਈ ਹੋਰ ਕਦੀ ਕਿਤੇ ਚੱਲ ਗਿਆ ਕਦੀ ਕਿਤੇ ਚੱਲ ਗਿਆ ਕਰਦੇ ਕਰਦੇ ਇੱਕ ਸਟੈਂਡ ਬਣ ਜਾਂਦਾ ਜੀ ਐਪਲ ਕੰਪਨੀ ਆ ਜਿਵੇਂ ਉਹ ਇੱਕ ਵਾਰ ਉਹਦਾ ਸਟੈਂਡ ਖੜ੍ਹਾ ਕਰਨਾ ਔਖਾ ਜਦੋਂ ਹੁਣ ਐਪਲ ਦੇ ਫੋਨ ਵਿਕਣੇ ਸ਼ੁਰੂ ਹੋ ਗਏ ਉਹਦਾ ਇੱਕ ਸਟੈਂਡ ਬਣ ਗਿਆ ਉਹਦਾ ਉਹ ਫਿਰ ਤਾਂ ਉਹ ਵਿਕੀ ਜਾਣੇ ਭਾਵੇਂ ਉਹ ਮਾੜਾ ਫੋਨ ਬਣਾ ਦੇਣ ਅਤੇ ਮਾੜੇ ਉਹ ਭਾਵੇਂ ਉਹ ਚੰਗਾ ਇੱਕੋ ਦਮ ਥੋੜ੍ਹੀ ਡਿੱਗ ਜਾਣਗੇ ਉਹ ਹਿਸਾਬ ਇਹਦਾ ਜੀ ਜਿਹੜੀ ਭਾਈ ਭੁਪਿੰਦਰ ਸਿੰਘ ਦੇ ਬਰਸੀ 'ਤੇ ਵਿਵਾਦ ਹੋਇਆ ਉਹ ਤੁਸੀਂ ਕਿ ਮੰਨਦੇ ਹੋ ਕਿ ਹਾਂ ਜਿਹੜੀ ਤੁਹਾਡੀ ਇੱਕ ਫੋਟੋ ਪਾਈ ਹੈ ਉਹਦੇ ਕਰਕੇ ਭਖਿਆ ਮਾਮਲਾ ਨਹੀਂ ਅਸਲ 'ਚ ਉਹ ਮੈਂ ਤਾਂ ਇਹ ਮੰਨਦਾ ਜੀ ਇਹਨੂੰ ਆਦਤ ਪਈ ਹੈ ਯੂਟਿਊਬ ਵਿਊ ਇਕੱਠੇ ਕਰਨ ਦੀ ਯੂਟਿਊਬ 'ਤੇ ਦੋ ਤਰ੍ਹਾਂ ਦੇ ਬੰਦੇ ਚੱਲਦੇ ਆ ਜਾਂ ਤਾਂ ਬੰਦਾ ਗੁਣੀ ਹੋਏ ਜਾਂ ਬੰਦਾ ਡਰਾਮੇਬਾਜ਼ ਹੋਏ ਇਹ ਦੂਜੀ ਕੈਟਾਗਰੀ 'ਚ ਹੈ ਇਹਨੂੰ ਲੱਗਦਾ ਕਿ ਜੇ ਮੈਂ ਗੁਣੀ ਤਾਂ ਹੈ ਨਹੀਂ ਮੈਂ ਕੋਈ ਨਾ ਕੋਈ ਇਹੋ ਜਿਹਾ ਮਸਾਲਾ ਕੰਟੈਂਟ ਯੂਟਿਊਬ ਨੂੰ ਦੇਵਾਂ ਅਤੇ ਡਰਾਮਾ ਕ੍ਰੀਏਟ ਕਰਾਂ ਅਤੇ ਮੇਰੇ ਜਿਹੜੇ ਇਹ ਵਧੀਆ ਯੂਟਿਊਬ ਵਿਊਜ਼ ਬਣੀ ਜਾਣਾ ਇਹਦੇ ਪਿੱਛੇ ਰੀਜ਼ਨ ਸਿਰਫ ਇੱਕੋ ਇੱਕ ਹੈ ਇਹਦੇ ਹੋਰ ਇਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਭਾਈ ਭੁਪਿੰਦਰ ਸਿੰਘ ਦਾ ਇਹਨੂੰ ਕੋਈ ਦੁੱਖ ਨਹੀਂ ਜੇ ਇਹਨੂੰ ਦੁੱਖ ਹੋਏ ਤਾਂ ਭਾਈ ਭੁਪਿੰਦਰ ਸਿੰਘ ਦੀ ਬਰਸੀ ਦੇ ਉੱਤੇ ਰੱਬ ਰੱਬ ਕਰੇ ਭਾਈ ਭੁਪਿੰਦਰ ਸਿੰਘ ਦੀ ਬਰਸੀ ਉੱਤੇ ਉਹਨਾਂ ਦੇ ਗੁਣ ਗਾਏ ਇਹ ਤਾਂ ਉਹਨਾਂ ਦੇ ਗੁਣ ਗਾਉਂਦਾ ਹੀ ਨਹੀਂ
कोई उन्होंने गल ही नहीं करता, अपने ही गुण गाई जाता। इस करके इनू किसी ना लेना देना नहीं। यह जो नरोल रीजन है ना जी डिस्प्यूट का, वह केवल तो केवल यदि फितरत है जी यूट्यूब व्यूज इकट्ठे कर पई है। संगत जिमें हूँ सिख धर्म एक दुविधा बनी हुई है कि असं किनू सच मनीए किनू झूठ मनीए, कि संतों के खिलाफ जाइए संतों के वो हक च जाइए। तुम क्या संगत को अपील करने जो ये भी जुड़े हैं ज अपनी संगत में? मैं तो संगत को यह बेनती करता जी जड़िया गल् करता है ना, तुसी इस बंदे ते किसी भी बंदे दी स्टेटमेंट दी क्रेडिबिलिटी उदों हुंदी आ जदों स्टेटमेंट दी एक सस्टेनेबिलिटी हुंदी आ। तुसी इहदे ते भरोसा तां करो जे बंदा 5 साल एक गल कह जे, कदी इह कुछ कहिंदा कदी कुछ कहिंदा। जे 6 महीने पहला कहिंदा सी कि कुदरती रब है, हुण 2 महीना क पहला स्टेटमेंट आई कुदरत वी रब है, हुण थोड़े क दिन बाद थोड़ी होर स्टेटमेंट आजूगी, थोड़े दिन कह दे बाद कह देगा मैं ही रब हाँ, ये कुछ भी बोल सकता। सो इस करके यदि संगत को मैं अपील ये करदा कि तुसी इहदे मगर लग के अपना जीवन ना खराब करो, गुरु साहब के चरणों नाल जुड़ो। जो गुरु साहब नाल जुड़ोगे बाणी पढ़ोगे इतिहास पढ़ोगे तुहानू पता चल जाएगा कि साडे गुरु साहिबाना का किरदार इदा का नहीं सी जिदा का ये पेश करता पाया। तुहानू की लगता कि टकसाल ते जिहड़ा भाई रणजीत सिंह टड्डरीवाला दा मसला है कि जिहड़ा लंबे समय चलता आ रहा कित्थे जाके मुकेगा? ये तो जी श्री अकाल तख्त साहब नूं हुण पैरवाई करनी चाहिए। मुक्के की यह गल हुंदी है जी, मसला उत्थे मुकदा हुंदा जिथे कोई बंदा गुरु ग्रंथ साहब दो तरीके ने सिख कौम दे विच मसला कोई मुकाउण दे। एक तो खालसा पंथ इकट्ठा होकर श्री अकाल तख्त साहब मकाए उस चीज़ नूं ये नहीं मानता। एक जी गुरु ग्रंथ साहब की हजूरी च आपां सारे इकट्ठे हो के ते उत्थे गुरु ग्रंथ साहिब दी हजूरी च मसला मकाईए, ये दोनों चीज़ां नहीं मानता। सो इस मसले का कोई हल नहीं गा। श्री अकाल तख्त साहब नूं इहनूं सदना चाहिए, जे नहीं आउंदा ते रहो रीतां रवायतां दे अनुसार इहदा जिहड़ा जो भी इहदा करना है ते कढ के ते इहनूं कौम दे गलों ला देना चाहिए। ते तुसीं अपील करना चाहुंदे अकाल तख्त साहिब जथेदार? मैं श्री अकाल तख्त साहिब दे जथेदार नूं कहना कि इस बंदे ने कौम च बड़ियां दुविधावां पातीआं, इहदे चेलियां ने बहुत दुविधा पातीआं। हरिंदर वर्गे चेले जिहड़े यूके च बैठे ने ये गल कह चुके आ कि गुरु नानक साहब जिहड़ी आ उन्हां दा मर्डर होया सी। इहदे चेले जिहड़े इत्थों तक गल कह चुके आ कि आपां बाबा बंदा सिंह बहादुर दे इतिहास नूं नहीं मानदे, नेकी बैठा न्यूजीलैंड दे विच इन्ना गलत बोलदा पिया, ये सारे इहदे स्पोंसर्ड बंदे आ। सो मैं श्री अकाल तख्त साहब नूं बेनती करदा कि आपां इहो जिहां तो चवलां तो गल्लां थोड़ी सुनी जाणी आ, तो ये खिलाफ़ सख्त एक्शन लो, इनू कढ के बाहर मारो। जो जिदा भी रवायत जिदा भी इनू सैट हुंदा आ जिदा भी इनू किया जा सकता उदा सैट करो इनू। तो जे नहीं ये सैट होना चाहता कौम च नहीं रहना चाहता तो ना रहे, इनू कोई धक्के नाल ते रखता नहीं। पर यह गल नहीं कोई होनी चाहिए कि कौम च भी रहे तो दुविधा भी पाए, तो इस करके श्री अकाल तख्त साहब ये सख्त तो सख्त एक्शन ले। नीता प्रति कोई ना कोई बवाल कौम च पा रहा, साड़ी कौम नूं सुख दा साह आए, कोई चंगी चीज़ां नौजवानों नूं सीधा मिलन ते इह कौम दे विच बवाल बंद होण एकता होवे। इस करके श्री अकाल तख्त साहब नूं विच पै के पैरवाई करनी चाहिए। यह सन साडे नाल भाई हरप्रीत सिंह जी संसार गुरद्वारा चंडीगढ़ तो इन्हां वल्लों दस्सिया गया कि जिहड़ा फरूटी वाला मामला दिनों दिन ही सोशल मीडिया से भी चल रहा है, तो भाई रणजीत सिंह टड्डरीवाला वालों भी गंदी शब्दावली बोली गई सी उहदे बारे इन्हें स्पष्टीकरण दिता है। तो हुण इह विवाद इन्हां वल्लों यही अपील है कि अकाल तख्त साहब के जथेदार इन्हां ते कोई सख्त एक्शन करन कि अगे वास्ते कोई इदां दे विद्वानां ते यह गलत शब्दावली ना वरतन। थोड़े नाल कैमरामैन करण शर्मा दे नाल हरतेज सिंह ते जी खालसा टीवी।